ਉਹ ਬੰਦੇ ਨੂੰ ਉਹਦੀ ਬੰਦੇ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ। ਮੈਂ ਤੁਹਾਡਾ ਵਾਅਦਾ ਕਰਦਾ ਮੈਂ ਇੱਥੇ ਐਸ ਐਸ ਪੀ ਰਿਹਾ ਤਾਂ ਇਹਨਾਂ ਕਾਲੀਆਂ ਭੇਟਾਂ ਨੂੰ ਪਰਚਾ ਦੇ ਕੇ ਅੰਦਰ ਕਰਕੇ ਵੀ ਔਰ ਇਸ ਤੋਂ ਬਦਲ ਕੇ ਜੇ ਕਿਤੇ ਸਰਕਾਰਾਂ ਨੂੰ ਕਿਤੇ ਹੋਰ ਭੇਜਿਆ ਅੱਖ ਰੱਖੂੰਗਾ ਘੱਟੋ ਘੱਟ 20 ਇਸੇ ਸਾਲ ਦੇ ਵਿੱਚ ਪਰਚੇ ਦੇ ਕੇ ਅੰਦਰ ਕਰਕੇ ਜਾਊਂਗਾ ਸਾਰਿਆਂ ਨੂੰ। ਇੰਨਾ 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 ਸਰਤਾਪ ਹੈ ਇਸ ਲੋਕਾਂ ਦੇ ਵਿੱਚ, ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪੁਲਿਸ ਨੂੰ। ਮੈਂ ਇੱਥੇ ਧੰਨਵਾਦ ਕੀ ਕਰਾਂ, ਮੈਂ ਤਾਂ ਤੁਸੀਂ ਜਿਹੜਾ ਸ਼ੀਸ਼ਾ ਦਿਖਾਇਆ ਮੇਰੇ ਕੋਲ ਤਾਂ ਕੋਈ ਗੱਲ ਕਰਨ ਨੂੰ ਹੈ ਨਹੀਂ। ਮੈਂ ਕਹਾਂ ਜੀ ਤੁਸੀਂ ਆਏ, ਤੁਸੀਂ ਗਰਮੀ ਦਾ ਇੱਧਰ ਗਰਮੀ ਦਾ ਸਾਹਮਣਾ ਕਰਕੇ ਇੱਥੇ ਪਹੁੰਚੇ, ਗਰਮੀ ਦਾ ਕਈਆਂ ਭੈਣਾਂ ਦੇ ਸੁਹਾਗ ਉੱਜੜ ਗਏ, ਬੱਚੇ ਜਿਹੜੀ ਬੀਬੀ ਰੋਈ ਜਾਂਦੀ ਹੈ, ਮੇਰੇ 3 ਬੱਚੇ ਹੈ, 3 ਨਸ਼ੇ ਦੇ ਵਿੱਚ ਹੈ, ਅਤੇ ਅਸੀਂ ਬੈਠੇ ਆਪਦੇ ਦਫ਼ਤਰਾਂ ਦੇ ਵਿੱਚ ਆਪਦੀਆਂ ਗੱਡੀਆਂ ਦੇ ਵਿੱਚ, ਇੱਥੇ ਸਾਰੀਆਂ ਇੱਥੋਂ ਚਿੱਠੀਆਂ ਲਿਖ ਲਿਖ ਕੇ ਭੇਜੀ ਨੇ, ਸਭ ਅੱਛਾ ਹੈ, ਸਭ ਅੱਛਾ ਹੈ, ਆਹ ਅੱਛਾ ਹੈ ਜੋ ਦਿਖ ਰਿਹਾ। ਇਸ ਕਰਕੇ ਮੈਂ ਇਹ ਕਹਿੰਦਾ ਤੁਸੀਂ ਬਿਲਕੁਲ ਖੁੱਲ੍ਹ ਕੇ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਜੇ ਅਸੀਂ ਸੋਚੀਏ ਉਹ ਕੀ ਕਹਿ ਦੂਗਾ, ਅਸੀਂ ਥਾਂ 'ਤੇ ਗਏ ਸੀ, ਉਹ ਕਹਿੰਦੇ ਸੀ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ, ਉਹਨਾਂ ਨੇ ਸਾਡੀਆਂ ਲੱਤਾਂ ਤੁੜਵਾ ਦਿੱਤੀਆਂ। ਉਹ ਫੌਜੀਆਂ ਨੇ ਤਾਂ ਆਪਣੀਆਂ ਜਾਨਾਂ ਦੇ ਦਿੱਤੀਆਂ, ਫਿਰ ਕੀ ਹੋ ਕੇ ਲੱਤਾਂ ਟੁੱਟ ਗਈਆਂ, ਫਿਰ ਕੀ ਹੋ ਗਿਆ? ਲੋਕਾਂ ਨੇ ਆਪਣਾ ਇਤਿਹਾਸ ਤਾਂ ਦੇਖੋ, ਦਸਮ ਪਿਤਾ ਦਾ ਇਤਿਹਾਸ ਤਾਂ ਦੇਖੋ, ਮਾਤਾ ਗੁਜਰੀ ਦਾ ਇਤਿਹਾਸ ਤਾਂ ਦੇਖੋ, ਅਸੀਂ ਛੋਟੀ ਛੋਟੀਆਂ ਗੱਲਾਂ ਤੋਂ ਡਰੀ ਜਾਂਦੇ ਹਾਂ। ਉਹਨਾਂ ਨੇ ਤਾਂ ਆਪਦੇ ਸਾਰੇ ਪੁੱਤ ਮਾਰ ਦਿੱਤੇ, ਉਹ ਤਾਂ ਡਰਿਆ ਨਹੀਂ ਸੱਚ ਦੇ ਉੱਤੇ ਲੜਾਈ ਲੜਨ ਦੇ। ਅਸੀਂ ਸਾਡੇ ਜੀ ਚਪੇੜ ਮਾਰ ਦੂਗਾ, ਸਾਡੀ ਕੋਈ ਸ਼ਿਕਾਇਤ ਕਰ ਦੂਗਾ, ਸਾਡੇ ਝੂਠਾ ਪਰਚਾ ਦੇ ਦੂਗਾ, ਅਤੇ ਫਿਰ ਅਸੀਂ ਕਾਹਦੇ ਲਈ ਬੈਠੇ? ਮੈਂ ਵਾਅਦਾ ਕਰਦਾ ਮੈਂ ਆਪਦੀ ਵਰਦੀ ਨਾਲ ਵਫ਼ਾਦਾਰੀ ਕਰਦਾ, ਮੇਰੇ ਕੋਲ ਕੋਈ ਝੂਠਾ ਪਰਚਾ ਆਊਗਾ, ਜਿਹੜਾ ਵੀ ਪੁਲਿਸ ਮੁਲਾਜ਼ਮ ਝੂਠਾ ਪਰਚਾ ਦਊਗਾ, 1 ਮਹੀਨੇ ਦੇ ਅੰਦਰ ਅੰਦਰ ਉਸੇ ਸਲਾਖਾਂ ਦੇ ਪਿੱਛੇ ਹੀ ਹੋਏ। ਇਹ ਮੈਂ ਪਬਲਿਕਲੀ ਤੁਹਾਨੂੰ ਦੱਸ ਕੇ ਚੱਲਿਆ, ਕੋਈ ਨਸ਼ੇ ਦੀ ਤੁਹਾਨੂੰ ਕੋਈ ਆਵੇ, ਅਸੀਂ ਜੀ ਨਸ਼ੇ ਦੀ ਸ਼ਿਕਾਇਤ ਕਰਨ ਗਏ ਸੀ, ਸਾਨੂੰ ਵੀ ਉਲਟਾ ਪਰਚਾ ਦੇ ਦਿੱਤਾ। ਸਾਡੇ ਡੀ ਐਸ ਪੀ ਸਾਹਿਬ ਬੈਠੇ ਨੇ, ਸਾਡੇ ਐਸ ਪੀ ਸਾਹਿਬ ਬੈਠੇ ਨੇ, ਇਹਨਾਂ ਦੇ ਸਾਹਮਣੇ ਮੈਂ ਕਹਿ ਕੇ ਚੱਲਿਆ, ਦੋਨੋਂ ਤਿੰਨੋਂ ਐਸ ਐਚ ਓ ਇੱਥੇ ਨੇ, ਪਰਚਾ ਕੋਈ ਜਿਹੜੇ ਕੋਈ ਸ਼ਿਕਾਇਤ, ਹਾਂ ਸ਼ਿਕਾਇਤ ਕੋਈ ਕਰਦਾ ਹੈ ਉਹਦੀ ਵੈਰੀਫਿਕੇਸ਼ਨ ਕਰਨਾ ਸਾਡਾ ਫਰਜ਼ ਹੁੰਦਾ। ਕਈ ਵਾਰੀ ਜੋ ਦਿਖਦਾ ਹੁੰਦਾ ਉਹ ਸੱਚ ਨਹੀਂ ਵੀ ਹੁੰਦਾ, ਜੁੜੀ ਨਹੀਂ ਕਿ ਜੋ ਦਿਖ ਰਿਹਾ ਹੈ ਕਿਸੇ ਦੇ ਗੱਡੀ 'ਚ ਕੋਈ ਚੀਜ਼ ਰੱਖ ਦਿੱਤੀ ਜਾਂਦੀ ਹੈ। ਹਾਂ ਮੈਂ ਇਹ ਵੀ ਗੱਲ ਇੱਥੇ ਕਲੀਅਰ ਕਰਨਾ ਚਾਹੁੰਦਾ, ਹਰ ਪੁਲਿਸ ਅਫਸਰ ਪੈਸੇ ਨਹੀਂ ਲੈਂਦਾ, ਹਰ ਪੁਲਿਸ ਅਫਸਰ ਬੇਈਮਾਨ ਨਹੀਂ। ਇਹ ਦੁਨੀਆ ਚੱਲਦੀ ਪਈ ਹੈ ਤਾਂ ਇਸ ਤਰ੍ਹਾਂ ਨਹੀਂ ਕਿ ਬੇਈਮਾਨ ਜ਼ਿਆਦਾ ਨੇ, ਇਸ ਕਰਕੇ ਚੱਲਦੀ ਪਈ ਹੈ ਕਿ ਇਮਾਨਦਾਰ ਜ਼ਿਆਦਾ ਨੇ। ਤੁਸੀਂ ਜੇ ਸੋਸਾਇਟੀ ਕਦਰਾਂ ਕੀਮਤਾਂ, ਇਹ ਤਾਂ ਤਲਾਕ ਬੜੇ ਹੁੰਦੇ ਨੇ ਤਾਂ ਲੋਕ ਵਿਆਹ ਕਰਾਉਣਾ ਛੱਡ ਦੇ, ਪਰ ਤਲਾਕ ਦੀ ਜਿਹੜੀ ਦਰ ਹੈਗੀ ਹੈ ਬਹੁਤ ਘੱਟ ਹੈ ਹਿੰਦੁਸਤਾਨ ਦੇ ਵਿੱਚ। ਜ਼ਿਆਦਾਤਰ ਮੈਰਿਜ ਸਕਸੈਸਫੁਲ ਨੇ। ਅਸੀਂ ਸਾਰੇ ਚੋਰ ਨਹੀਂ, ਮੈਂ ਚੋਰ ਨਹੀਂ, ਮੈਂ ਤੁਹਾਨੂੰ ਕਹਿ ਸਕਦਾ ਮੈਂ ਚੋਰ ਨਹੀਂ। ਜਦੋਂ ਤੁਸੀਂ ਮੈਨੂੰ ਪ੍ਰੂਵ ਕਰ ਦਿੱਤਾ ਕਿ ਮੈਂ 1 ਰੁਪਇਆ ਇੱਥੇ ਰਿਸ਼ਵਤ ਦਾ ਲੈ ਕੇ ਗਿਆ ਫਿਰੋਜ਼ਪੁਰ, ਮੈਂ ਨੌਕਰੀ ਇੱਥੋਂ ਬਦਲੀ ਨਹੀਂ, ਨੌਕਰੀ ਛੱਡਾਂਗਾ। 1 ਬੰਦਾ ਅੱਗੇ ਕਹਿ ਦੇ ਕਿ ਮੈਂ ਉਹਦੇ ਦਫ਼ਤਰ ਦੇ ਵਿੱਚ ਪਾਣੀ ਦਾ ਗਲਾਸ ਵੀ ਪਾ ਦੇ ਗਿਆ, ਮੈਂ ਉਹੀ ਚਾਹੂੰਗਾ ਕਿ ਮੇਰਾ ਕੋਈ ਵੀ ਪੁਲਿਸ ਅਫਸਰ ਭਾਵੇਂ ਸਿਪਾਹੀ ਹੈ, ਇੱਥੇ ਆ ਕੇ ਮੈਨੂੰ ਜਨਤਾ ਨੇ ਦੱਸਿਆ ਕੋਈ ਇੱਥੇ ਮੁਨਸ਼ੀ ਹੈ, ਇੰਨੇ ਸਾਲਾਂ ਤੋਂ ਹੈ, ਇੱਥੋਂ ਮੈਂ ਜਾਊਂਗਾ, ਉਸਦਾ ਤਬਾਦਲਾ ਮੈਨੂੰ ਪਤਾ ਮੈਂ ਕਿੱਥੇ ਕਰਨਾ, ਮੈਨੂੰ ਪਤਾ ਮੈਂ ਕਰਕੇ ਜਾਊਂਗਾ, ਇੱਥੋਂ ਜਾਊਂਗਾ, ਦਸਤੇ 'ਚ ਆਰਡਰ ਕਰਕੇ ਜਾਊਂਗਾ। ਤੁਹਾਨੂੰ ਅੱਗੇ ਆਉਣਾ ਚਾਹੀਦਾ, ਐਂ ਕਰਕੇ ਤਾਂ ਘਰ ਉੱਜੜ ਜਾਣਗੇ। 1300-1700 ਪੁਲਿਸ ਅਫਸਰ ਹੈ ਇੱਥੇ, 1700-1500 ਲੱਖ ਦਾ ਨਸ਼ਾ ਨਹੀਂ ਖਤਮ ਕਰ ਸਕੂਗਾ। ਇਹ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਤੁਹਾਨੂੰ ਹੀ ਅੱਗੇ ਆਉਣਾ ਪੈਣਾ, ਸਾਰਿਆਂ ਨੂੰ ਅੱਗੇ ਆਉਣਾ ਪੈਣਾ, ਹਰ ਇੱਕ ਵਰਗ ਨੂੰ ਆ ਕੇ ਆਉਣਾ ਪੈਣਾ, ਨੰਬਰਦਾਰ, ਚੌਕੀਦਾਰ, ਸਰਪੰਚ, ਆਪਣਾ ਜਿਹੜਾ ਇੱਥੇ ਕੋਈ ਬੀ ਡੀ ਓ ਹੈ, ਕੋਈ ਬੀ ਐਲ ਓ ਹੈ, ਆਂਗਨਵਾੜੀ ਭੈਣਾਂ ਨੇ ਤਾਂ ਵਾਟੀ ਕੱਢੇ ਪਏ ਆ ਇਸ ਕੰਮ ਦੇ, ਮੇਰਾ ਸਿਰ ਝੁਕਦਾ ਇਹਨਾਂ ਦੇ। ਸਾਡੇ ਬੰਦੇ, ਮੈਂ ਫਿਰ ਕਹਿੰਦਾ ਇਸਦੇ ਜਿਹੜੇ ਕਹਿੰਦੇ ਆ ਇਤਿਹਾਸ ਕਹਿੰਦੇ ਆ ਪੰਜਾਬ ਦੇ ਜੰਮੇ ਨੂੰ ਨਿੱਤ ਮਹੀਮਾ, ਤੇ ਸਾਡੇ ਕੀ ਬੰਦਿਆਂ ਨੂੰ ਕੀ ਹੋਇਆ? ਅੱਜ ਤੱਕ ਹਰੀ ਸਿੰਘ ਨਲਵਾ ਵੀ ਤਾਂ ਇਸੇ ਧਰਤੀ ਦਾ ਸੀ, ਮਹਾਰਾਜਾ ਰਣਜੀਤ ਸਿੰਘ ਅਮਰੀਕਾ ਤੇ ਰੂਸ ਵਰਗੀਆਂ ਤਾਕਤਾਂ ਅਫਗਾਨਿਸਤਾਨ ਉੱਤੇ ਰਾਜ ਨਹੀਂ ਕਰ ਸਕੀਆਂ, ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਬਹਿ ਕੇ, ਲਾਹੌਰ ਤੋਂ ਬਹਿ ਕੇ ਅਫਗਾਨਿਸਤਾਨ ਦੇ ਉੱਤੇ ਫਤਿਹ ਕੀਤੀ। ਕਿਹਨਾਂ ਦੇ ਸਿਰ ਤੇ? ਆਪਣੇ ਗੁਰੂਜਾਂ ਦੇ ਸਿਰ ਤੇ, ਆਪਣੇ ਹੀ ਪਿਓ ਪਾਦਾਦੇ ਪੁਰਖਾਂ ਹੋਣੇ ਆ ਜਿਹੜੇ ਉਹਨਾਂ ਨਾਲ ਜਾ ਕੇ ਲੜੇ। ਅੱਜ ਅਸੀਂ ਘਰਾਂ 'ਚ ਬਹਿ ਗਏ, ਸਾਨੂੰ ਜੀ ਕੋਈ ਚਪੇੜ ਮਾਰ ਦੂਗਾ, ਸਾਡੇ 'ਤੇ ਕੋਈ ਪਰਚਾ ਕਰਵਾ ਦੂਗਾ, ਸਾਡੀ ਕੋਈ ਲੱਤ ਤੋੜ ਦੂਗਾ, ਅਤੇ ਜਿਹੜੇ ਬੰਦੇ ਸ਼ਹੀਦ ਹੋ ਗਏ ਉਹਨਾਂ ਦੇ ਸ਼ਹੀਦੀਆਂ ਦਾ ਫਿਰ ਅਸੀਂ 23 ਸਾਲ ਦੀ ਉਮਰ 'ਚ ਕੀ ਲੋੜ ਸੀ ਭਗਤ ਸਿੰਘ ਨੂੰ ਫਾਂਸੀ ਦੇ ਉਹਦੇ 'ਤੇ ਝੂਲ ਜਾਣ ਦੇ? ਇਸ ਮੁਲਕ ਲਈ ਜਿੱਥੇ ਪੁਲਿਸ ਵੀ ਚੋਰ ਹੋਵੇ, ਜਿੱਥੇ ਪ੍ਰਸ਼ਾਸਨ ਚੋਰ ਹੋਣ, ਲੋਕ ਉਹ ਕਹਿੰਦੇ ਆ, ਕਹਿਣਾ ਨਹੀਂ ਮੈਨੂੰ ਚਾਹੀਦਾ ਪੰਜਾਬੀ ਵਿੱਚ, ਕਹਿੰਦਾ ਕੁੱਤੀ ਚੋਰ ਨਾਲ ਰਲ ਗਏ, ਜਿਹੜੀ ਰਾਖੀ ਹੈ ਉਹੀ ਚੋਰਾਂ ਨਾਲ ਰਲੇ ਪਏ ਆ, ਤਾਂ ਫਿਰ ਰਾਖੀ ਕੌਣ ਕਰਦਾ? ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਸਾਰਿਆਂ ਦਾ, ਅਸੀਂ ਤਾਂ ਮੁਨਕਰ ਹੀ ਨਹੀਂ, ਮੈਂ ਤਾਂ ਆਪਦੀ ਗੱਲ ਤਾਂ ਕਰਦਾ ਹੀ ਪਿਆ, ਮੈਂ ਤਾਂ ਤੁਹਾਡੇ ਅੱਗੇ ਸਿਰ ਚੁਕਾਉਣਾ, ਸ਼ੀਸ਼ਾ ਤੁਸੀਂ ਦਿਖਾਇਆ, ਅਸੀਂ ਆਪਦੇ ਨੀਂਦ ਤੋਂ ਉੱਠੇ ਹਾਂ, ਹੋ ਸਕਦਾ ਕੁੰਭਕਰਨੀ ਨੀਂਦ ਵਿੱਚ ਹੋਈਏ, ਹੋ ਸਕਦਾ ਅਸੀਂ
आप एक सब्ज बाग दिखा रही हो, ये हकीकत जमीनी हकीकत। एक एक पिंड 600 पिंड हैगा इस फिरोजपुर दे, और एक एक पिंड जावांगा। 3 महीने रहा तो सारे 600 दे 600 पिंड मैं गाऊंगा, एक एक पिंड एक एक समगलर की लिस्ट बनाऊंगा, देखूंगा कि सारे समगलर पिछे जान। जड़ी गल तुसी कीती कि शराब तो नशा हुंदा है, ब्रांचा हुंदी है, डीसी साहब बैठे ने, असी मोटे तो मोटे इन्होंने कहा कि मेरा हरमन प्यारा दोस्त ने, मेरे बहुत वड्डे ने, बहुत सत्कारयोग ने, डीसी एक जिले का धुरा हुंदा है। मैं इन्हां नूं विश्वास दवाना जिस टाइम ते अद्धी रात ते मैनूं आवाज देणगे, मैं इन्हां दे दरवाजे ते खड़ा हूंगा नशे दे मुहिम दे विरुद्ध। और मैं तुहानूं की धन्नवाद करां, धन्नवाद कुछ नहीं, मैनूं जे मैनूं इत्थे सेवा करन दा मौका मिलिया, दो महीने इसे हाल के मैं दोबारा तुहाडे कोल आऊंगा, मैं देखूंगा किन्नी जनता आई, जे इस तो तिगनी जनता आई तो मैं पास हाँ, नहीं तो मैं आपदे आप नूं फेर समझांगा, फिर मैं होर मेहनत करने की कोशिश करूंगा। धन्नवाद जी।